ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਫਿਰ ਤੋਂ 10 ਨਿਊਜ਼ ਚੈਨਲ ਤੇ ਤੇ ਹਾਜ਼ਰ ਹਾਂ ਜੀ ਅੱਜ ਦੀ ਨਵੀਂ ਜਾਣਕਾਰੀ ਨਾਲ ਕਿਰਪਾ ਕਰਕੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਜੁੜੇ ਹਨ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤੇ ਗੱਲਬਾਤ ਕਰਦੇ ਹਾਂ ਜੀ ਅੱਜ ਦੀ ਨਵੀਂ ਜਾਣਕਾਰੀ ਦੇ ਲਈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅਜਿਹੇ ਨੌਜਵਾਨ ਜਿਹੜੇ ਹੁਨਰ ਵਿੱਚ ਕਾਸ ਸਿੱਖਲਾਈ ਲੈਣਗੇ ਉਹਨਾਂ ਨੂੰ 1000 ਰੁਪਏ ਦਾ ਵਿਸ਼ੇਸ਼ ਮਹੀਨਾਵਾਰ ਪੱਤਾ ਦੇਣ ਦਾ ਫੈਸਲਾ ਲਿਆ ਹੈ ਇਸਨ ਲਈ ਮੇਰਾ ਕੰਮ ਹੈ ਮੇਰਾ ਮਾਨ ਨਾਮ ਦਾ ਪ੍ਰੋਗਰਾਮ ਬਣਾਇਆ ਗਿਆ ਇਹਨਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਹੁਨਰ ਵਿਕਸਿਤ ਕਰਨ ਲਈ ਸਿੱਖਿਆ ਦਿੱਤਾ ਜਾਵੇਗਾ ਤੇ ਇਸ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਨ ਅਤੀ ਸਿਖਾਈ ਸਿਖਲਾਈ ਸਨਸਤਾਵਾਂ ਆਈਟੀਆਈ ਦੇ ਪੋਲੀਟੈਕਨਿਕਲ ਕਾਲਜਾਂ ਅਤੇ ਪੰਜਾਬ ਹੁਨਰ ਵਿਕਾਸ ਸਖਲਾਈ ਕੇਂਦਰ ਚ ਮੁਹਤ ਸਖਲਾਈ ਦੇਣ ਦਾ ਫੈਸਲਾ ਲਿਆ ਗਿਆ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਸਖਲਾਈ ਵਿਭਾਗ ਨੂੰ ਦੇਸ਼ਾਂ ਨਿਰਦੇਸ਼ ਜਾਰੀ ਕੀਤੇ ਹਨ ਤੇ ਉਹ ਨਵੀਂ ਸਕੀਮ ਦਾ ਖਰੜਾ ਤਿਆਰ ਕਰ ਰਹੇ ਤੇ ਸਾਰੇ ਵਿਭਾਗ ਦੇ ਫੀਡਬੈਕ ਲੈਣ ਲਈ ਉਹਨਾਂ ਨੂੰ ਖੜਾ ਪੇਤੇ ਜਾਵੇ ਨਵੀਂ ਸਕੀਮ ਤਹਿਤ ਮਹੀਨਾਵਾਰ ਪੱਤਾ ਉਹਨਾਂ ਉਮੀਦਵਾਰਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੇ ਸਖਲਾਈ ਅਦਾਰੇ ਚ ਹਾਜ਼ਰੀ ਅੱਸੀ ਵੀ ਇਸਦੀ ਹੋਵੇਗੀ ਤੇ ਜਿਹੜੇ ਆਪਣੇ ਇਮਤਿਹਾਨਾਂ ਨੂੰ ਨਾਲੋਂ ਨਾਲ ਪਾਸ ਕਰਨਗੇ ਜਿਹੜੇ ਨੌਜਵਾਨ ਇਮਤਿਹਾਨਾਂ 'ਚ ਸਫਲ ਨਹੀਂ ਹੋਣਗੇ ਉਹਨਾਂ ਨੂੰ ਪਤਾ ਨਹੀਂ ਦਿੱਤਾ ਜਾਵੇਗਾ ਸਰਕਾਰ ਨੇ ਹੁਕਮ ਦਿੱਤੀ ਹੈ ਕਿ ਲਾਭ ਲੈਣ ਵਾਲਿਆਂ ਦੇ ਬੈਂਕ ਖਾਤੇ 'ਚ ਸਿੱਧੇ ਇਹ ਰਕਮ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਤੇ ਸਕੀਮ ਦਾ ਲਾਹਾ ਲੈਣ ਵਾਲੇ ਜਾਹਵਾਂ ਨੌਜਵਾਨਾਂ ਲਈ ਕੁਝ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ ਸਕੀਮ ਦਾ ਫਾਇਦਾ ਪਰਿਵਾਰ ਦਾ ਸਿਰਫ ਇੱਕ ਮੈਂਬਰ ਹੀ ਲੈ ਸਕੇਗਾ ਕਪਤਨ ਸਰਕਾਰ ਨੇ ਸਾਰੇ ਜ਼ਿਲ੍ਹਾ ਰੋਜ਼ਗਾਰ ਅਤੇ ਅਦਾਰਿਆਂ ਨੂੰ ਸਬੰਧਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਸਿਕਲਾਈ ਦਾ ਕੰਮ ਸਫਲਤਾ ਸਹਿਤ ਮੁਕੰਮਲ ਕਰਨ ਤੋਂ ਬਾਅਦ ਲਾਭ ਲੈਣ ਵਾਲਿਆਂ ਨੂੰ ਰੋਜ਼ਗਾਰ ਉਪਲਬਧ ਹੋਵੇਗਾ ਜੇਕਰ ਜੋਗ ਹੈ ਕਿ ਕਾਂਗਰਸ ਨੇ 2017 ਦੇ ਚੋਣ ਐਲਾਨਨਾਮੇ ਵਿੱਚ ਬੇਰੋਜ਼ਗਾਰਾਂ ਨੂੰ ਮਹੀਨਾਵਾਰ ਪਤਾ ਦੇਣ ਦਾ ਵਾਅਦਾ ਕੀਤਾ ਸੀ ਤੇ ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਸਾਡੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਓ ਤੇ ਅਸੀਂ ਹਾਜ਼ਰ ਹਾਂ ਤੁਹਾਡੇ ਲਈ ਕਿਸੇ ਨਵੀਂ ਜਾਣਕਾਰੀ ਦੇ ਨਾਲ ਹੋਂਦੇ ਲਈ ਜੈਨਹੀਂ ਧੰਨਵਾਦ ਦੋਸਤੋ